ਮੈਨੂੰ ਸਵਾਦ ਆ ਗਿਆ, ਮੈਨੂੰ ਨਹੀਂ ਪਤਾ ਸੀ ਮੈਨੂੰ ਇੰਨਾ ਪਿਆਰ ਮਿਲੂਗਾ ਅਤੇ ਕੈਨੇਡਾ ਵਿਲ ਵੈਲਕਮ ਮੀ ਵਿਦ ਸੋ ਮੱਚ ਲਵ ਐਂਡ ਵਾਰਮ। ਪੀਪਲ ਕਹਿੰਦੇ ਨੇ ਮਿੰਨੀ ਪੰਜਾਬ ਆ, ਮਿੰਨੀ ਪੰਜਾਬ ਆ, ਹਾਂ ਸੱਚੀ ਮਿੰਨੀ ਪੰਜਾਬ ਆ। ਇੰਨਾ ਆਪਣਾਪਣ ਹੈ, ਇੰਨਾ ਪਿਆਰ ਹੈ ਅਤੇ ਇੰਨੀ ਐਕਸਾਈਟਮੈਂਟ ਹੈ ਇੱਥੇ ਲੋਕਾਂ 'ਚ ਫਿਲਮ ਦੇ ਲਈ। ਐਜ਼ ਅ ਕਲਾਕਾਰ ਮੈਨੂੰ ਲੱਗਦਾ ਜਦੋਂ ਵੀ ਸਾਨੂੰ ਇਹੋ ਜਿਹੇ ਕਿਰਦਾਰ ਮਿਲਦੇ ਨੇ ਜਿਹੜੇ ਹੋਰ ਟਫ ਹੁੰਦੇ ਨੇ, ਐਜ਼ ਐਨ ਆਰਟਿਸਟ ਮੈਨੂੰ ਹੋਰ ਚੰਗਾ ਲੱਗਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਤੁਹਾਡਾ ਸਵਾਗਤ ਹੈ ਜੀ। ਅਰਦਾਸ ਮੂਵੀ ਆ ਰਹੀ ਹੈ ਜੀ ਔਰ ਬਰੈਂਪਟਨ ਦੇ ਵਿਖੇ ਓਨਟਾਰੀਓ 'ਚ ਮੌਜੂਦ ਆ ਔਰ ਮੇਰੇ ਨਾਲ ਜਸਮੀਨ ਹੈ। ਸੋ ਜਸਮੀਨ, ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ। ਕਿੱਦਾਂ ਦਾ ਲੱਗਿਆ ਜੀ ਪ੍ਰਮੋਸ਼ਨ ਕਰਕੇ ਫਿਲਮ ਦਾ, ਕਿਉਂਕਿ ਆਮ ਤੁਹਾਨੂੰ ਬਿਗ ਬੋਸ 'ਚ ਦੇਖਿਆ, ਖਤਰੋਂ ਕੇ ਖਿਲਾੜੀ ਦੇਖਿਆ ਔਰ ਜੇ ਪੰਜਾਬੀ ਮੂਵੀਆਂ 'ਚ ਦੇਖਦੇ ਹਾਂ, ਕਿਸ ਤਰ੍ਹਾਂ ਦਾ ਲੱਗ ਰਿਹਾ? ਮੈਨੂੰ ਸਵਾਦ ਆ ਗਿਆ, ਮੈਨੂੰ ਨਹੀਂ ਪਤਾ ਸੀ ਮੈਨੂੰ ਇੰਨਾ ਪਿਆਰ ਮਿਲੂਗਾ ਅਤੇ ਕੈਨੇਡਾ ਵਿਲ ਵੈਲਕਮ ਮੀ ਵਿਦ ਸੋ ਮੱਚ ਲਵ ਐਂਡ ਵਾਰਮ ਐਂਡ ਨਾਓ ਰੀਅਲੀ ਲੁਕਿੰਗ ਫੋਰਵਰਡ ਟੂ ਅਰਦਾਸ ਔਨ 13 ਸਪਟੈਂਬਰ। ਔਰ ਤੁਹਾਨੂੰ ਫਰਕ ਲੱਗਿਆ ਕੋਈ ਜਦੋਂ ਪੰਜਾਬ 'ਚ ਵੀ ਕਰਕੇ ਆ, ਪ੍ਰਮੋਸ਼ਨ ਬੰਬੇ ਵੀ ਗਏ ਹੋ, ਸ਼ਾਇਦ ਆਸਟ੍ਰੇਲੀਆ ਵੀ ਗਏ ਹੋ, ਕੀ ਡਿਫਰੈਂਸ ਲੱਗਦਾ ਜੀ ਇੱਥੋਂ ਅਤੇ ਉੱਥੋਂ ਦਾ? ਮੈਨੂੰ ਇੱਥੇ ਇਹੀ ਡਿਫਰੈਂਸ ਲੱਗਿਆ ਦੈਟ ਯੂ ਨੋ ਪੀਪਲ ਕਹਿੰਦੇ ਨੇ ਮਿੰਨੀ ਪੰਜਾਬ ਆ, ਮਿੰਨੀ ਪੰਜਾਬ ਆ, ਹਾਂ ਸੱਚੀ ਮਿੰਨੀ ਪੰਜਾਬ ਆ। ਇੰਨਾ ਆਪਣਾਪਣ ਹੈ, ਇੰਨਾ ਪਿਆਰ ਹੈ ਅਤੇ ਇੰਨੀ ਐਕਸਾਈਟਮੈਂਟ ਹੈ ਇੱਥੇ ਲੋਕਾਂ 'ਚ ਫਿਲਮ ਦੇ ਲਈ, ਅਤੇ ਆਈ ਐਮ ਰੀਅਲੀ ਹੋਪਿੰਗ ਪੀਪਲ ਵਿਲ ਸ਼ੋਅ ਦੈਟ ਲਵ ਬਾਏ ਵਾਚਿੰਗ ਦ ਫਿਲਮ ਇਨ ਥੀਏਟਰਸ ਔਨ 13 ਸਪਟੈਂਬਰ। ਔਰ ਜੇ ਤੁਹਾਡੇ ਕਿਰਦਾਰ ਦੀ ਗੱਲ ਕੀਤੀ ਜਾਵੇ, ਜਿਹੜਾ ਤੁਹਾਡਾ ਕਿਰਦਾਰ ਹੈ, ਜਿੱਥੇ ਤੱਕ ਮੈਂ ਟ੍ਰੇਲਰ ਦੇ ਵਿੱਚ ਦੇਖ ਸਕਿਆ ਵੀ ਤੁਸੀਂ ਹੀ ਮੁੱਖ ਭੂਮਿਕਾ ਦੇ ਮੈਨੂੰ ਲੱਗ ਰਿਹਾ, ਕਿਉਂਕਿ ਜਦੋਂ ਤੁਹਾਡੇ ਫਾਦਰ ਦਾ ਰੋਲ ਕਰ ਰਹੇ ਨੇ, ਉਹਨਾਂ ਨੇ ਜਿਵੇਂ ਤੁਹਾਡੀ ਮਾਤਾ ਕਹਿੰਦੀ ਆ ਵੀ ਉਹ ਤੁਸੀਂ ਚੱਲੇ ਹੋ, ਅਖੇ ਪਾਪ ਕਿੱਥੋਂ ਲੈ ਚੱਲੇ ਹੋ ਨਾਲ, ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਹੈ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇਸ ਤਰ੍ਹਾਂ ਦਾ ਕਿਰਦਾਰ ਕਰਕੇ? ਕਿਉਂਕਿ ਨੋਰਮਲੀ ਤੁਸੀਂ ਚਿਲਬੁਲੇ ਕਿਰਦਾਰ, ਕਮੇਡੀਅਨ ਕਿਰਦਾਰ ਕਰਦੇ ਹੋ, ਤੁਹਾਨੂੰ ਲੱਗ ਰਿਹਾ ਸੀ ਵੀ ਇੱਦਾਂ ਦੇ ਕਿਰਦਾਰ ਕਦੇ ਆਊਗਾ ਤੇ ਮੈਂ ਕਰ ਪਾਊਂਗੀ, ਤੇ ਜਾਂ ਜੇ ਮੈਨੂੰ ਮਿਲਿਆ ਤਾਂ ਬਹੁਤ ਹੀ ਮੇਰੀ ਜ਼ਿੰਦਗੀ ਲਈ ਚੰਗਾ ਇੱਕ ਮਾਈਲਸਟੋਨ ਸਾਬਤ ਹੋਇਆ? ਐਜ਼ ਅ ਕਲਾਕਾਰ ਮੈਨੂੰ ਲੱਗਦਾ ਜਦੋਂ ਵੀ ਸਾਨੂੰ ਇਹੋ ਜਿਹੇ ਕਿਰਦਾਰ ਮਿਲਦੇ ਨੇ ਜਿਹੜੇ ਹੋਰ ਟਫ ਹੁੰਦੇ ਨੇ, ਐਜ਼ ਐਨ ਆਰਟਿਸਟ ਤੁਹਾਨੂੰ ਹੋਰ ਚੰਗਾ ਲੱਗਦਾ, ਬਿਕੋਜ਼ ਦੈਨ ਯੂ ਆਰ ਯੂ ਨੋ ਗੈਟਿੰਗ ਆਊਟ ਆਫ ਯੂਰ ਕੰਫਰਟ ਜ਼ੋਨ, ਟਰਾਇੰਗ ਟੂ ਪ੍ਰੂਵ ਯੂਰ ਸੈਲਫ। ਐਂਡ ਮੈਨੂੰ ਲੱਗਦਾ ਹਰ ਕਲਾਕਾਰ ਇਸ ਚੀਜ਼ ਦਾ ਭੁੱਖਾ ਹੁੰਦਾ ਕਿ ਉਹਨੂੰ ਹੋਰ ਹੋਰ ਵੇਰੀਏਸ਼ਨ, ਡਿਫਰੈਂਟ ਡਿਫਰੈਂਟ ਰੋਲਸ ਮਿਲਣ, ਅਤੇ ਬਿਲਕੁਲ ਡਿਫਰੈਂਟ ਹੈ ਜੈਸਮਿਨ ਤੋਂ, ਬਹੁਤ ਮਿਹਨਤ ਕੀਤੀ ਹੈ ਅਤੇ ਆਈ ਹੋਪ ਪੀਪਲ ਵਿਲ ਲਵ ਇਟ। ਔਰ ਤੁਹਾਡਾ ਤਾਂ ਅਸੀਂ ਇਹ ਘਬਰਾ ਗਏ ਸੀ ਜੀ, ਅੱਖਾਂ ਦੀ ਤੁਹਾਡੀ ਕੋਈ ਪ੍ਰੋਬਲਮ ਆ ਗਈ ਸੀ, ਸਾਰਿਆਂ ਨੂੰ ਫਿਕਰ ਪੈ ਗਿਆ ਵੀ ਪਤਾ ਨਹੀਂ ਕੀ ਹੋ ਗਿਆ, ਅਤੇ ਪਰ ਹੋਪ ਤੁਸੀਂ ਚੰਗੇ ਹੋ, ਠੀਕ ਆ ਜੀ, ਸਾਡੇ ਕਹਿੰਦੇ ਬੈਸਟ ਵਿਸ਼ਿਜ਼। ਸੋ ਅਰਦਾਸ ਲਈ ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ। ਮੈਨੂੰ ਸਵਾਦ ਆ ਗਿਆ, ਮੈਨੂੰ ਨਹੀਂ ਪਤਾ ਸੀ ਮੈਨੂੰ ਇੰਨਾ ਪਿਆਰ ਮਿਲੂਗਾ ਅਤੇ ਕੈਨੇਡਾ ਵਿਲ ਵੈਲਕਮ ਮੀ ਵਿਦ ਸੋ ਮੱਚ ਲਵ ਐਂਡ ਵਾਰਮ। ਪੀਪਲ ਕਹਿੰਦੇ ਨੇ ਮਿੰਨੀ ਪੰਜਾਬ ਆ, ਮਿੰਨੀ ਪੰਜਾਬ ਆ, ਹਾਂ ਸੱਚੀ ਮਿੰਨੀ ਪੰਜਾਬ ਆ। ਇੰਨਾ ਆਪਣਾਪਣ ਹੈ, ਇੰਨਾ ਪਿਆਰ ਹੈ ਅਤੇ ਇੰਨੀ ਐਕਸਾਈਟਮੈਂਟ ਹੈ ਇੱਥੇ ਲੋਕਾਂ 'ਚ ਫਿਲਮ ਦੇ ਲਈ। ਐਜ਼ ਅ ਕਲਾਕਾਰ ਮੈਨੂੰ ਲੱਗਦਾ ਜਦੋਂ ਵੀ ਸਾਨੂੰ ਇਹੋ ਜਿਹੇ ਕਿਰਦਾਰ ਮਿਲਦੇ ਨੇ ਜਿਹੜੇ ਹੋਰ ਟਫ ਹੁੰਦੇ ਨੇ, ਐਜ਼ ਐਨ ਆਰਟਿਸਟ ਤੁਹਾਨੂੰ ਹੋਰ ਚੰਗਾ ਲੱਗਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਤੁਹਾਡਾ ਸਵਾਗਤ ਹੈ ਜੀ। ਅਰਦਾਸ ਮੂਵੀ ਆ ਰਹੀ ਹੈ ਜੀ ਔਰ ਬਰੈਂਪਟਨ ਦੇ ਵਿਖੇ ਓਨਟਾਰੀਓ 'ਚ ਮੌਜੂਦ ਆ ਔਰ ਮੇਰੇ ਨਾਲ ਜਸਮੀਨ ਹੈ। ਸੋ ਜਸਮੀਨ, ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ। ਕਿੱਦਾਂ ਦਾ ਲੱਗਿਆ ਜੀ ਪ੍ਰਮੋਸ਼ਨ ਕਰਕੇ ਫਿਲਮ ਦਾ, ਕਿਉਂਕਿ ਆਮ ਤੁਹਾਨੂੰ ਬਿਗ ਬੋਸ 'ਚ ਦੇਖਿਆ, ਖਤਰੋਂ ਕੇ ਖਿਲਾੜੀ ਦੇਖਿਆ ਔਰ ਜੇ ਪੰਜਾਬੀ ਮੂਵੀਆਂ 'ਚ ਦੇਖਦੇ ਹਾਂ, ਕਿਸ ਤਰ੍ਹਾਂ ਦਾ ਲੱਗ ਰਿਹਾ? ਮੈਨੂੰ ਸਵਾਦ ਆ ਗਿਆ, ਮੈਨੂੰ ਨਹੀਂ ਪਤਾ ਸੀ ਮੈਨੂੰ ਇੰਨਾ ਪਿਆਰ ਮਿਲੂਗਾ ਅਤੇ ਕੈਨੇਡਾ ਵਿਲ ਵੈਲਕਮ ਮੀ ਵਿਦ ਸੋ ਮੱਚ ਲਵ ਐਂਡ ਵਾਰਮ ਐਂਡ ਨਾਓ ਰੀਅਲੀ ਲੁਕਿੰਗ ਫੋਰਵਰਡ ਟੂ ਅਰਦਾਸ ਔਨ 13 ਸਪਟੈਂਬਰ। ਔਰ ਤੁਹਾਨੂੰ ਫਰਕ ਲੱਗਿਆ ਕੋਈ ਜਦੋਂ ਪੰਜਾਬ 'ਚ ਵੀ ਕਰਕੇ ਆ, ਪ੍ਰਮੋਸ਼ਨ ਬੰਬੇ ਵੀ ਗਏ ਹੋ, ਸ਼ਾਇਦ ਆਸਟ੍ਰੇਲੀਆ ਵੀ ਗਏ ਹੋ, ਕੀ ਡਿਫਰੈਂਸ ਲੱਗਦਾ ਜੀ ਇੱਥੋਂ ਅਤੇ ਉੱਥੋਂ ਦਾ?
ਮੈਨੂੰ ਇੱਥੇ ਇਹੀ ਡਿਫਰੈਂਸ ਲੱਗਿਆ ਦੈਟ ਯੂ ਨੋ ਪੀਪਲ ਕਹਿੰਦੇ ਨੇ ਮਿੰਨੀ ਪੰਜਾਬ ਆ ਮਿੰਨੀ ਪੰਜਾਬ ਆ, ਹਾਂ ਸੱਚੀ ਮਿੰਨੀ ਪੰਜਾਬ ਆ, ਇੰਨਾ ਆਪਣਾਪਨ ਹੈ, ਇੰਨਾ ਪਿਆਰ ਹੈ ਅਤੇ ਇੰਨੀ ਐਕਸਾਈਟਮੈਂਟ ਹੈ ਇੱਥੇ ਲੋਕਾਂ 'ਚ ਫਿਲਮ ਦੇ ਲਈ, ਅਤੇ ਆਈ ਐਮ ਰੀਅਲੀ ਹੋਪਿੰਗ ਪੀਪਲ ਵਿਲ ਸ਼ੋਅ ਦੈਟ ਲਵ ਬਾਏ ਵਾਚਿੰਗ ਦ ਫਿਲਮ ਇਨ ਥੀਏਟਰਸ ਔਨ 13 September। ਔਰ ਜੇ ਤੁਹਾਡੇ ਕਿਰਦਾਰ ਦੀ ਗੱਲ ਕੀਤੀ ਜਾਵੇ, ਜਿਹੜਾ ਤੁਹਾਡਾ ਕਿਰਦਾਰ ਹੈ, ਜਿੱਥੇ ਤੱਕ ਮੈਂ ਟੇਲਰ ਦੇ ਵਿੱਚ ਦੇਖ ਸਕਿਆ ਵੀ ਤੁਸੀਂ ਹੀ ਮੁੱਖ ਭੂਮਿਕਾ ਦੇ ਮੈਨੂੰ ਲੱਗ ਰਿਹਾ, ਕਿਉਂਕਿ ਜਦੋਂ ਤੁਹਾਡੇ ਫਾਦਰ ਦਾ ਰੋਲ ਕਰ ਰਹੇ ਨੇ, ਉਹਨਾਂ ਨੇ ਜਿਵੇਂ ਤੁਹਾਡੀ ਮਾਤਾ ਕਹਿੰਦੀ ਆ ਵੀ ਉਹ ਤੁਸੀਂ ਚੱਲੇ ਹੋ, ਅਖੇ ਪਾਪ ਕਿੱਥੋਂ ਲੈ ਚੱਲੇ ਹੋ ਨਾਲ, ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਹੈ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇਸ ਤਰ੍ਹਾਂ ਦਾ ਕਿਰਦਾਰ ਕਰਕੇ? ਕਿਉਂਕਿ ਨੋਰਮਲੀ ਤੁਸੀਂ ਚਿਲਬੁਲੇ ਕਿਰਦਾਰ, ਕਮੇਡੀਅਨ ਕਿਰਦਾਰ ਕਰਦੇ ਹੋ, ਤੁਹਾਨੂੰ ਲੱਗ ਰਿਹਾ ਸੀ ਵੀ ਇੱਦਾਂ ਦੇ ਕਿਰਦਾਰ ਕਦੇ ਆਊਗਾ ਅਤੇ ਮੈਂ ਕਰ ਪਾਊਂਗੀ, ਅਤੇ ਜਾਂ ਜੇ ਮੈਨੂੰ ਮਿਲਿਆ ਤਾਂ ਬਹੁਤ ਹੀ ਮੇਰੀ ਜ਼ਿੰਦਗੀ ਲਈ ਚੰਗਾ ਇੱਕ ਮਾਈਲਸਟੋਨ ਸਾਬਤ ਹੋਵੇ? ਐਜ਼ ਅ ਕਲਾਕਾਰ ਮੈਨੂੰ ਲੱਗਦਾ ਹੈ ਜਦੋਂ ਵੀ ਸਾਨੂੰ ਇਹੋ ਜਿਹੇ ਕਿਰਦਾਰ ਮਿਲਦੇ ਨੇ ਜਿਹੜੇ ਹੋਰ ਟਫ ਹੁੰਦੇ ਨੇ, ਐਜ਼ ਐਨ ਆਰਟਿਸਟ ਤੁਹਾਨੂੰ ਹੋਰ ਚੰਗਾ ਲੱਗਦਾ, ਬਿਕੋਜ਼ ਦੈਨ ਯੂ ਆਰ ਯੂ ਨੋ ਗੈਟਿੰਗ ਆਊਟ ਆਫ ਯੂਰ ਕੰਫਰਟ ਜ਼ੋਨ, ਟਰਾਇੰਗ ਟੂ ਪ੍ਰੂਵ ਯੂਰ ਸੈਲਫ, ਐਂਡ ਮੈਨੂੰ ਲੱਗਦਾ ਹਰ ਕਲਾਕਾਰ ਇਸ ਚੀਜ਼ ਦਾ ਭੁੱਖਾ ਹੁੰਦਾ ਹੈ ਕਿ ਉਹਨੂੰ ਹੋਰ ਹੋਰ ਵੇਰੀਏਸ਼ਨ, ਡਿਫਰੈਂਟ ਡਿਫਰੈਂਟ ਰੋਲਸ ਮਿਲਣ, ਅਤੇ ਬਿਲਕੁਲ ਡਿਫਰੈਂਟ ਹੈ ਜੈਸਮਿਨ ਤੋਂ, ਬਹੁਤ ਮਿਹਨਤ ਕੀਤੀ ਹੈ ਅਤੇ ਆਈ ਹੋਪ ਪੀਪਲ ਵਿਲ ਲਵ ਇਟ। ਔਰ ਤੁਹਾਡਾ ਤਾਂ ਅਸੀਂ ਇਹ ਘਬਰਾ ਗਏ ਸੀ ਜੀ, ਅੱਖਾਂ ਦੀ ਤੁਹਾਡੀ ਕੋਈ ਪ੍ਰੋਬਲਮ ਆ ਗਈ ਸੀ, ਸਾਰਿਆਂ ਨੂੰ ਫਿਕਰ ਪੈ ਗਿਆ ਵੀ ਪਤਾ ਨਹੀਂ ਕੀ ਹੋ ਗਿਆ, ਅਤੇ ਪਰ ਹੋਪ ਤੁਸੀਂ ਚੰਗੇ ਹੋ, ਠੀਕ ਹਾਂ ਜੀ, ਸਾਡੇ ਕਹਿੰਦੇ ਬੈਸਟ ਵਿਸ਼ਿਜ਼। ਸੋ ਅਰਦਾਸ ਲਈ ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ।